अस्सलाम वालेकुम वीरो, की हाल चाल है वीरो? सुखबीर बादल ते उनादी बेटी नू लै के एक बहुत ही हैरानीजनक खबर सामने आ रही है, ते उस खबर का खुलासा असी देवा सिद्धू की वीडियो दे विच करांगे। वीरो चाल के पूरी वीडियो देने ते बाद विच इत्ते गलबात करांगे। पंजाबियों सत श्री अकाल सारयां नू, और अज तुहाडे सामने एक बहुत बड़ा खुलासा करन जा रहे हैं। जिवें कि सुखबीर सिंह बादल तां उहनां दी जिहड़ी कि लड़की है ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਬਲੀਦਾਨ ਦੇ ਦਿੱਤਾ ਉਹਦਾ। ਕਿਵੇਂ? ਜਿਵੇਂ ਕਿ ਇੱਕ ਮਜ਼ਦੂਰ ਦੇ ਨਾਲ ਜਿਹੜਾ ਕਿ ਸ਼ਾਦੀ ਕਰਨ ਦੀ ਜਿਹੜੀ ਪੂਰੀ ਪ੍ਰਕਿਰਿਆ ਸੀ ਉਹ ਤੈਅ ਕਰ ਦਿੱਤੀ ਹੈ। ਤਾਂ ਮੈਂ ਤੁਹਾਡੇ ਸਾਹਮਣੇ ਦੇ ਸਬੂਤ ਦਿਖਾਊਂਗਾ ਕਿ ਲਾਈਵ ਪ੍ਰੂਫ ਤੁਹਾਨੂੰ ਮੈਂ ਦਿਖਾਵਾਂ ਕਿ ਕਿੱਡਾ ਵੱਡਾ ਲੀਡਰ ਤਾਂ ਏਡੇ ਵੱਡੇ ਘਰਾਣੇ ਦੀ ਧੀ ਦਾ ਵਿਆਹ ਜਾਨੀ ਕਿ ਇੱਕ ਮਜ਼ਦੂਰ ਦੇ ਨਾਲ ਫਾਈਨਲ ਕਰ ਦਿੱਤਾ। ਬੜੀ ਗੱਲ ਤਾਂ ਇੱਕ ਹੈਰਾਨੀਜਨਕ ਮਾਮਲਾ ਇਹ, ਕਿਉਂਕਿ ਇਹ ਮੀਡੀਆ ਦੇ ਵਿੱਚ ਦੋ ਚਾਰ ਚੈਨਲਾਂ ਤੇ ਚੱਲ ਵੀ ਚੁੱਕੀ ਇਹ ਖਬਰ, ਔਰ ਦੂਜੇ ਪਾਸੇ ਅਸੀਂ ਜ਼ੀਰੋ ਗਰਾਊਂਡ ਤੋਂ ਜਿਹੜੀ ਕਿ ਸਾਨੂੰ ਇਹ ਇਨਪੁੱਟ ਮਿਲੀ ਹੈ ਉਹ ਆਪਣੇ ਇੱਕ ਸੰਜੋਗੀ ਪੱਤਰਕਾਰ ਭਰਾ ਉਹਨਾਂ ਦੇ ਜ਼ਰੀਏ ਸਾਡੇ ਹੱਥੇ ਖਬਰ ਲੱਗੀ ਹੈ। ਤਾਂ ਮੈਂ ਤੁਹਾਡੇ ਸਾਹਮਣੇ ਧਰਨਾ ਚਾਹੂੰਗਾ ਕਿ ਇੱਕ ਸੁਖਬੀਰ ਸਿੰਘ ਬਾਦਲ ਨੂੰ ਕੌਣ ਨਹੀਂ ਜਾਣਦਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਅਕਾਲੀ ਦਲ ਪਾਰਟੀ ਜਿਵੇਂ ਕਹਿ ਸਕਦੇ ਪੰਜਾਬ ਦੇ ਵਿੱਚ ਖੜੀ ਕਰਨ ਵਾਲੇ ਮੋਢੀ ਬੰਦੇ ਬਾਦਲ ਜੀ ਸੀ, ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ, ਔਰ ਦੂਜੇ ਪਾਸੇ ਉਹਨਾਂ ਦਾ ਬੇਟਾ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਪੂਰਾ ਪੰਜਾਬ ਜਾਣਦਾ ਕਿਉਂਕਿ ਉਹ ਵੀ ਮੁੱਖ ਮੰਤਰੀ ਰਹੇ ਨੇ, ਔਰ ਦੂਜੇ ਪਾਸੇ ਉਹਨਾਂ ਨੇ ਆਪਣੀ ਜਿਹੜੀ ਕਿ ਧੀ ਆ ਉਹਦੀ ਕਿ ਮੰਗਣੀ ਆ ਉਹ ਕਰ ਦਿੱਤੀ ਹੈ ਕਿਸੇ ਮਜ਼ਦੂਰ ਦੇ ਨਾਲ, ਯਾਨੀ ਇੱਕ ਐਸਾ ਇੱਕ ਜਿਵੇਂ ਕਹਿ ਸਕਦੇ ਇੱਕ ਵਰਲਡ ਰਿਕਾਰਡ ਹੀ ਕਹਿ ਸਕਦੇ ਜਿਵੇਂ ਬਣਾ ਦਿੱਤਾ। ਬਿਲਕੁਲ, ਅੱਜ ਤੋਂ ਪਹਿਲਾਂ ਕਿਸੇ ਐਡੇ ਵੱਡੇ ਰਾਜਨੇਤਾ ਨੇ, ਔਰ ਨਾ ਹੀ ਤਾਂ ਕਿਸੇ ਦਾ ਇਹੋ ਜਿਹਾ ਤੁਸੀਂ ਸੁਣਿਆ ਹੋਣਾ, ਨਾ ਹੀ ਕਿਸੇ ਨੇ ਅੱਜ ਤੱਕ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਨੇ। ਔਰ ਮੈਂ ਤੁਹਾਡੇ ਸਾਹਮਣੇ ਅੱਜ ਉਹ ਗੱਲ ਪੇਸ਼ ਕਰਨੀ ਹੈ ਕਿ ਸੁਖਬੀਰ ਸਿੰਘ ਬਾਦਲ ਖੁਦ ਆਪਣੀ ਮਰਜ਼ੀ ਦੇ ਨਾਲ, ਔਰ ਜਿਹੜੀ ਕਿ ਹਰਸਿਮਰਤ ਕੌਰ ਬਾਦਲ ਪੂਰੀ ਖੁਸ਼ੀ ਦੇ ਨਾਲ ਇਹ ਜਿਹੜਾ ਕਿ ਮਜ਼ਦੂਰ ਹੈ ਇਹਦੇ ਨਾਲ ਇਹਦਾ ਰਿਸ਼ਤਾ ਤੈਅ ਕਰ ਦਿੱਤਾ ਔਰ ਹੁਣ ਉਹਦਾ ਵਿਆਹ ਹੋਣ ਜਾ ਰਿਹਾ। ਤਾਂ ਮੈਂ ਤੁਹਾਡੇ ਸਾਹਮਣੇ ਅੱਜ ਇਹ ਰਿਪੋਰਟ ਧਰਨੀ ਹੈ, ਬੜੇ ਧਿਆਨ ਦੇ ਨਾਲ ਸੁਣਨਾ, ਉਸ ਤੋਂ ਬਾਅਦ ਜਿਹੜੀ ਕਿ ਪੂਰੀ ਪ੍ਰਕਿਰਿਆ ਹੋਊਗੀ ਇਹ ਤੁਸੀਂ ਕਮੈਂਟਾਂ ਦੇ ਵਿੱਚ ਦੇਣੀ ਹੋਊਗੀ, ਕਿਉਂਕਿ ਇੱਕ ਇਹ ਗੱਲ ਅਹਿਮ ਬਣ ਜਾਂਦੀ ਹੈ ਵੀ ਜਦੋਂ ਐਡਾ ਵੱਡਾ ਲੀਡਰ ਹੋਵੇ ਤੇ ਕਿਸੇ ਮਜ਼ਦੂਰ ਦੇ ਨਾਲ ਆਪਣੀ ਧੀ ਦਾ ਵਿਆਹ ਕਿਵੇਂ ਕਰੂਗਾ। ਪਰ ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ, ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਗੱਲ ਬੜੀ ਅਹਿਮ ਹੈ, ਇੱਕ ਲੀਡਰ ਦੇ ਨਾਲ ਜਾ ਜੁੜੀ ਹੈ, ਉਹ ਲੀਡਰ ਜਿਹੜਾ ਕਿ ਪੰਜਾਬ ਦੇ ਵਿੱਚ ਬੜਾ ਮਸ਼ਹੂਰ ਲੀਡਰ, ਉਹਨਾਂ ਨੂੰ ਕੌਣ ਨਹੀਂ ਜਾਣਦਾ। ਇਹਦੇ ਵਿੱਚ ਲਿਖਿਆ ਵੀ ਇੱਕ ਐਸਾ ਲੀਡਰ ਜਿਹਦਾ ਪੂਰਾ ਡੰਕਾ ਸੀ ਪੰਜਾਬ ਦੇ ਵਿੱਚ, ਔਰ ਦੂਜੇ ਪਾਸੇ ਉਹਨਾਂ ਨੇ ਇੱਕ ਐਸਾ ਰਿਕਾਰਡ ਬਣਾਇਆ ਯਾਨੀ ਇੱਕ ਮਜ਼ਦੂਰ ਦੇ ਨਾਲ ਆਪਣੀ ਹੀ ਧੀ ਦਾ ਯਾਨੀ ਰਿਸ਼ਤਾ ਤੈਅ ਕਰ ਦਿੱਤਾ, ਫਾਈਨਲ ਕਰ ਦਿੱਤਾ, ਔਰ ਉਹਦੇ ਵਿਆਹ ਦੇ ਚਾਅ ਦੇ ਵਿੱਚ ਦੋਨੇ ਖੁਸ਼ੀ ਵੀ ਮਨਾ ਰਹੇ ਨੇ ਸੁਖਬੀਰ ਸਿੰਘ ਬਾਦਲ ਔਰ ਹਰਸਿਮਰਤ ਕੌਰ ਬਾਦਲ। ਤਾਂ ਪਹਿਲਾਂ ਤੁਸੀਂ ਇਹ ਖਬਰ ਸੁਣੋ, ਉਸ ਤੋਂ ਬਾਅਦ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਤੁਹਾਡੇ ਨਾਲ, ਆਖਿਰ ਪੂਰਾ ਮਾਮਲਾ ਹੈ ਕੀ ਹੈ, ਕਿਉਂ ਇਹ ਸਾਰਾ ਕੁਝ ਹੋਇਆ। ਵੱਡੇ ਸਿਆਸੀ ਪਰਿਵਾਰ ਦੇ ਘਰ ਖੁਸ਼ੀਆਂ ਆਈਆਂ ਤੇ ਸਾਰਾ ਪਰਿਵਾਰ ਨੱਚਣ ਲੱਗ ਗਿਆ, ਜਿੱਥੇ ਨਾਨਕਾ ਪਰਿਵਾਰ, ਵਿਕਰਮ ਮਜੀਠੀਆ ਦਾ ਪਰਿਵਾਰ ਕੀਰਤ ਕੌਰ ਬਾਦਲ ਦੇ ਵਿਆਹ ਦੇ ਵਿੱਚ ਖੁਸ਼ੀਆਂ ਮਨਾਉਂਦਾ ਨਜ਼ਰ ਆਇਆ, ਉੱਥੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਉਹਨਾਂ ਤੋਂ ਵੀ ਚਾ ਜਿਹੜਾ ਚੱਕਿਆ ਨਹੀਂ ਜਾ ਰਿਹਾ ਸੀ। ਪਹਿਲਾ ਵਿਆਹ ਸੀ ਘਰ ਦੇ ਵਿੱਚ ਤੇ ਪੂਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ, ਪੂਰੇ ਘਰ ਨੂੰ ਪੂਰੀ ਤਰੀਕੇ ਦੇ ਨਾਲ ਸਜਾਇਆ ਹੋਇਆ ਸੀ। ਬਾਦਲ ਪਿੰਡ ਦੇ ਵਿੱਚ ਤਿਉਹਾਰ ਵਰਗਾ ਮੌਸਮ ਸੀ ਕਿਉਂਕਿ ਏਡੇ ਵੱਡੇ ਪਰਿਵਾਰ ਦੀ ਸਭ ਤੋਂ ਵੱਡੀ ਬੇਟੀ ਦਾ ਵਿਆਹ ਸੀ, ਪੰਜ ਵਾਰੀਆਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੋਤਰੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਸੀ, ਕੋਈ ਮਾੜੀ ਮੋਟੀ ਗੱਲ ਨਹੀਂ ਸੀ। ਦੂਸਰੇ ਪਾਸੇ ਵੀ ਪੂਰਾ ਸਰਦਾ ਪੁੱਜਦਾ ਪਰਿਵਾਰ ਹੈ, ਪੰਜ ਤੋਂ ਸੱਤ ਦੇਸ਼ਾਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਫੈਲਿਆ ਹੋਇਆ ਤੇ ਦੁਆਬੇ ਦੇ ਨਾਲ ਸੰਬੰਧਿਤ ਦਾ ਪਿਛੋਕੜ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਨਾਲ ਜੁੜਦਾ ਰਿਹਾ ਉਹਨਾਂ ਦੇ ਜਿਹੜੇ ਦਾਦੇ ਪੜਦਾਦੇ ਆ, ਪਰ ਹੁਣ ਉਹ ਰਾਜਨੀਤੀ ਤੋਂ ਬਾਹਰ ਆ। ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ, ਹੁਣ ਤੁਸੀਂ ਸਮਝੋ ਗੱਲ ਸਾਰੀ ਸਮਝੋ, ਜਿਹੜੀ ਇਹ ਖਬਰ ਹੈ ਇਹ ਇੱਕ ਚੈਨਲ ਦੀ ਹੈ ਔਰ ਉਹਦੇ ਥੱਲੇ ਕਮੈਂਟ ਕੀ ਲਿਖੇ ਹੋਏ ਨੇ, ਕਿਉਂ ਝੂਠੀਆਂ ਖਬਰਾਂ ਫੈਲਾਉਂਦੇ ਹੋ ਇਹ ਲਿਖਿਆ। ਪਰ ਮੈਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਲੋਕ ਇਹੋ ਜਿਹੀਆਂ ਫਰਾਡ ਯਾਨੀ ਖਬਰਾਂ ਦਿੰਦੇ ਨੇ, ਮੈਂ ਉਹਨਾਂ ਦੀ ਪੋਲ ਖੋਲਣ ਦੇ ਵਾਸਤੇ ਤੁਹਾਡੇ ਸਾਹਮਣੇ ਖਬਰ ਧਰੀ ਆ। ਤਾਂ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਵੀ ਜਿਵੇਂ ਇਹਨੂੰ ਵੇਖਿਆ ਕਿੰਨੇ ਬੰਦਿਆਂ ਨੇ ਆ,
डेढ़ लाख करीब बंदे नूं बुद्धू बनाया गया एक पंजाबी चैनल दे द्वारा, पंजाब दी आवाम नूं बुद्धू बनाने की कोशिश की जा रही है। तुसीं इह गल समझो, एक लीडर एडा वड्डा होवे जिहदा पूरा नाम होवे तो अपनी कुड़ी दा ब्याह एक मजदूर नाल किवें करूगा। और यह जिहड़ी झूठ है खबर यह फैलाई जा रही है, खुद उन्होंने पिंडों शूटिंग करके उन्होंने ही वार दे विच्चों शूटिंग करके लिया के एडिट करके पाईआं जांदियां ने। तां मैं साडे लोकां दे नाल वादा कीता भी मैं हर चीज तुहाडे सामने जिहड़ी कि सच्ची है वह अपडेट मैं धरनी है, चाहे जो मर्जी होवे। क्योंकि तुसीं अक्सर देखिया होना जिवें कि अभिसार शर्मा वड्डे वड्डे चैनलों की पोल खोल दिंदा, जिवें कि आज तक टीवी है जां दूजे ने इंडिया टीवी आज तक है, तो इन्हें इन्हों वर्गे चैनल भी झूठ मार सकते हैं। जिवें कि कई बार तुसीं देखा होना मोदी की तारीफ करते जानबुझ के, उस ही प्रकार एक किसी बंदे का नाम खराब करना जानबुझ के, छवि खराब करनी किसी की, वह बड़ी माड़ी गल है। तो मैं सोचा भी साडे वाले पंजाबियों नूं जिहड़ा कि सच है, मेरा जिहड़ा हक है, मैं वह जरूर करना सी पूरा। तो यह खबर पंजाबी झूठ है जिहड़ी कि किसी ने फैलाई है, और मैं इसे दे आधार दे उत्ते तुहाडे सामने धरी है कि इन्हां दे थले जिन्ने कमेंट ने तुसीं पढ़ सकते हो। पंजाबी सेवक टीवी नाम है इस चैनल का, यह चैनल वाले ने यानी झूठिया खबर कई सारिया पा रखिया ने सुखबीर सिंह बादल दे खिलाफ, यानी खिलाफ ही होंदा जदों किसी दे खिलाफ एजेंडा चलाया जाए। खबर जिहड़ी है वह सही देनी चाहीदी है, चाहे वह हक दी होवे ते चाहे विरुद्ध होवे। पर जिहड़ियां इह खबरां ने इह बिल्कुल एक एजेंडा चलाउण दा काम करदियां ने। मैं कहिंदा वी किसे दे खिलाफ ना चलाओ, जिहड़ी सच है उही धरो। इह मैं तुहाडे सामने क्यों धरी है, इह कई दिनां दी अफवाह उड रही सी, तां मैं सोचिया वी साडे वाले पंजाबियां नूं मेरा हक है वी मैं दसां कि इह गल्लां ने दरअसल जिहड़ियां इह सारियां झूठ ने। यह कोई विआह नहीं, किसी नाल भी है नहीं, बिना ही गल तो यानी अपने पल्लों ही बनाया जा रहा। तो इस करके मैं सोचा भी मैं पंजाब के लोगों के सामने ये खबर है जी मैं जरूर धरूंगा। एक होर खबर चली सी उहदे विच भी कुछ इहो जिहा माहौल मतलब बनाया गया सी, इन्हां ने कई खबर पा रखिया ने, एक होर भी पा रखी है, ये भी बिल्कुल झूठ खबर है। ये थले भी कमेंट बहुत ज्यादा ने, यह कह रहे हैं लोग कमेंट करके अपने ही लोग भी तुसीं गलत जी कि खबर है जां फिर अफवाह गी ये ना उड़ाओ। ये क्योंकि लोगों की भी एक भावनावां दे नाल एक खेडन वाली गल हुंदी आ, एक बुद्धू बनाउण वाली गल हुंदी आ। ठीक है पंजाबीओ, मिलते हैं अगले टॉपिक ते, ते जिहड़े भैण भरा नवे चैनल ते ने उह सबसक्राइब कर देण ताकि अगला नोटिफिकेशन तुहाडे तक पहुंचदा रहे। बैल की घंटी जरूर दबा देना जी, धन्यवाद। वीरो ऐ ते बहुत चंगी खबर है, बहुत चंगी खबर है। वीरो अजकल की चल रहा साडे माशरे दे अंदर कि हर कोई उहदी इही कोशिश हुंदी है, चाहे वह कुड़ी वाला वै जां मुंडे वाला वै, कि अपने तो तगड़े विच असीं शादी करिए ताकि साडा तलक मजबूत होवे, ताकि सानूं जहेज ज़्यादा आवे, ताकि साडे असीं पावर विच जाइए। लेकिन वीरो कोई ये नहीं सोचता कि जिहड़े माड़े लोग है उन्हां दीआं धीआं उन्हां दे पुत्तरां दा उन्हां नाल कौन विआह करेगा, उन्हां दा की बनेगा। वीरो इस दौड़ दे विच कई इहो जिहियां नेक धीआं वै जिहड़ियां बैठियां वै जिन्हां नाल कोई चज दा रिश्ता नहीं आउण डिआ, उन्हां दे माँ प्यो ने उन्हां ते पैसे ला के मेहनत करके उन्हां नूं इन्ना चंगा पढ़ा के घर दे सारे काम करा के नेक धीआं उन्हां दी परवरिश कीती है। लेकिन वीरो की गल है कि वह उन्हां दे माँ प्यो गरीब है, उन्हां दे माँ प्यो उन्हां नूं पैसा नहीं दे सकते, ज़्यादा जहेज नहीं दे सकते, इस करके उन्हां दे रिश्ते नहीं हो रहे, उन्हां दे माँ प्यो बड़े परेशान है। लेकिन सुखबीर बादल साहब ने वीरो जिहड़ा काम किया वा कि एडे वड्डे लीडर हो के अकाली दल दे, फिर देखो तुसीं सियासत दे विच वी उन्हां दा एक बड़ा वड्डा मुकाम है। एक गरीब घराने दे विच विआह करके उन्होंने ये मिसाल दूसरियां वास्ते सैट की है ताकि जिहड़े बाकी लोग है वह भी हिम्मत करन, वह भी इस तरह अगे कदम बधाउण, ते जिहड़े माशरे दा माड़ा तबका वै उन्हां नूं नाल लैके चलन। वीरो ये बहुत ग्रेट एक मिसाल उन्हां सैट की है, जिन्हां दे नाल मैं उम्मीद करना वै कि बाकी लोग भी उन्हां दे नक्शे कदम दे चलणगे, ते इस तरह ही गरीबां दीआं बेटियां गरीबां दे बच्चियां दे नाल शादी करनगे। वीरो तुहाडी इस बारे की राय है कमेंट करके अपनी कीमती राय दा इजहार लाजमी करना। अपना ढेर सारा ख्याल रखना, दुआवां याद रखना, अल्लाह हाफिज़।